हेलो एवरीवन, वेलकम टू विक्टर्स नॉलेज। दिस इज चीनू शर्मा। ते अज आपां इस वीडियो दे अंदर एक इंपॉर्टेंट स्ट्रैटेजी देखन जा रहे हां, जिहड़ा आउण वाला PSSSB क्लर्क एग्जाम है उहदी आपां तैयारी किवें करनी है। सो इहदे विच ही एंड ते मैं थोड़े नाल कुछ क्वेश्चंस भी डिस्कस करूंगी, जिहदे नाल तुहानूं आइडिया हो जाऊगा वी एग्जाम दा जिहड़ा लेवल है उह किस तरह दा आउण वाला है। सो सब तो पहला तो आप सिलेबस देख लें, तो उरे मैं एक्सपैक्टिड सिलेबस इसलिए लिखे है क्योंकि जोड़ा सिलेबस है हजे तक ये उत्ते कोई भी कन्फर्मेशन नहीं आई ऑफिशियल। सो हूँ आप डिले तो कर नहीं सकते क्योंकि एग्जाम जस्ट 15 डेज अवे है। सो जो पैटर्न है एग्जाम का वह आप एक्सपैक्ट करके चल रहे हैं, मन रहे हैं कि प्रीवियस ईयरस के तरह ही आऊगा। तो जोड़ा एक्सपैक्टिड सिलेबस तैयार हों है 15 नंबर की इंग्लिश, 15 की पंजाबी, GK 45 नंबर की, रीजनिंग या मेंटल एबिलिटी 15, कंप्यूटर IT 10। सो टोटल 100 नंबर का यह पेपर होगा जिदे 0.25 की नैगेटिव मार्किंग। सो जो नैगेटिव मार्किंग वाली चीज़ है ये तुसी ध्यान रखनी है। सो हूँ आप सिलेबस नू देख लें भी आपने पढ़ना की है। सो पहली चीज़ तो GK ऑलमोस्ट 50%, मतलब बहुत ज़्यादा हाई वेटेज दी गई है जनरल अवेयरनेस टॉपिक नू 45 नंबर। सो जिहड़ी चीज़ इहदे विच आपां हर पेपर तैयार करनी है, कदे भी मिस नहीं करनी, वह हुंदी है करंट अफेयर। सो करंट इवेंट पंजाब ते नैशनल इंटरनेशनल। सो जिवें हुण पेपर दी एक्सपैक्टेड डेट है दिसंबर, पहला हफ्ता या दूजा। सो तुसीं पिछले 6 महीने दे ट्राई करो करंट अफेयर तैयार करन लई, ते विच मेजर फोकस तो लास्ट 3 महीने मतलब सितंबर तो लैके नवंबर के करंट अफेयर नूं ज़्यादा फोकस दो। जो भी इंपॉर्टेंट डेज डेट तैयार करने ने वह तुसी इन्हां महीनों दे तां बिल्कुल भी मिस नहीं करने। सो नैक्सट आउंदा इनवायरमेंट इशू। इनवायरमेंट इशू दे विच तुसी बेसिक कंसैप्ट तैयार करके जाओ, इकोलॉजी की हुंदी है, फूड चेन की है, पोल्यूशन उहदियां किस्मां, किहड़े पोल्यूशन नाल मेन मेन किहड़ियां बीमारियां हुंदियां ने, बाकी जिवें ओजोन लेयर नाल रिलेटिड ग्रीन हाउस गैसेस ਕਿਹੜੀਆਂ ਇੰਪੋਰਟੈਂਟ ਇੰਟਰਨੈਸ਼ਨਲ ਕਨਵੈਨਸ਼ਨ ਨੇ। ਸੋ ਇਹਨਾਂ ਉੱਤੇ ਆਲਰੇਡੀ ਵਿਕਟਰਸ ਨੌਲੇਜ ਚੈਨਲ ਦੇ ਉੱਤੇ ਵੀਡੀਓਜ਼ ਪਈਆਂ ਨੇ, ਸੋ ਤੁਸੀਂ ਉਹ ਦੇਖ ਲਓ, ਦੇ ਆਰ ਮੋਰ ਦੈਨ ਸਫੀਸ਼ੀਐਂਟ। ਸੋ ਇੰਟਰਨੈਸ਼ਨਲ ਕਨਵੈਨਸ਼ਨ ਪ੍ਰੋਟੋਕੋਲ ਨਾਲ ਰਿਲੇਟਡ ਜੋ ਲੈਕਚਰ ਪਏ ਆ ਉਹ ਤੁਸੀਂ ਦੇਖ ਸਕਦੇ ਹੋ। ਬਾਕੀ ਇਨਵਾਇਰਮੈਂਟ ਲਾਜ਼, ਇਹਨਾਂ ਦੇ ਉਹ ਬੇਸਿਕ ਨੌਲੇਜ ਵਿੱਚ ਤੁਸੀਂ ਕੀ ਕਰਨਾ ਹੈ। ਕਈ ਵਾਰੀ ਮੈਂ ਦੇਖਿਆ ਜਿਹੜੇ PSSSB ਦੇ ਐਗਜ਼ਾਮਸ ਨੇ, ਮੈਂ ਪ੍ਰੀਵੀਅਸ ਈਅਰ ਐਗਜ਼ਾਮ ਜਦੋਂ ਐਨਾਲਾਈਜ਼ ਕੀਤੇ ਉੱਥੇ ਡਾਇਰੈਕਟਲੀ ਕੁਐਸਚਨ ਆਏ ਹੋਏ ਨੇ ਈਅਰਸ ਉੱਤੇ ਵੀ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ ਕਿਹੜੇ ਈਅਰ 'ਚ ਆਇਆ, ਜਿਵੇਂ 1986 ਜਾਂ ਵਾਟਰ ਕੰਜ਼ਰਵੇਸ਼ਨ ਫੋਰੈਸਟ ਵਾਲਾ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਹੋ ਗਿਆ ਜਾਂ NGT ਕਦੋਂ ਬਣਿਆ। ਸੋ ਇਸ ਤਰ੍ਹਾਂ ਦੇ ਜਿਹੜੇ ਬੇਸਿਕ ਸਾਲ ਨੇ ਈਅਰ ਨੇ ਤੁਸੀਂ ਇਹ ਵੀ ਤਿਆਰ ਕਰੋ। ਉਸ ਤੋਂ ਬਾਅਦ ਆਉਂਦੀ ਹੈ ਹਿਸਟਰੀ। ਸੋ ਉਰੇ ਮੈਂ ਆਲਰੇਡੀ ਲਿਖਿਆ ਹੋਇਆ ਹੈ ਮੇਜਰ ਫੋਕਸ, ਕਿਉਂਕਿ GK ਦੇ ਵਿੱਚ ਤੁਸੀਂ ਕਰੰਟ ਅਫੇਅਰ ਜਿੰਨੀ ਚੰਗੀ ਤਰ੍ਹਾਂ ਤਿਆਰ ਕਰਨੇ ਨੇ ਉਨੀ ਚੰਗੀ ਤਰ੍ਹਾਂ ਹੀ ਤੁਹਾਡੇ ਲਈ ਜ਼ਰੂਰੀ ਹੁੰਦੀ ਹੈ ਹਿਸਟਰੀ ਤਿਆਰ ਕਰਨੀ। ਕਿਉਂਕਿ ਕੋਈ ਵੀ ਪੇਪਰ ਹੈ 7 ਤੋਂ 8 ਕੁਐਸਚਨ ਮੰਨ ਕੇ ਚੱਲੋ ਕਿ ਇੰਡੀਅਨ ਹਿਸਟਰੀ 'ਚੋਂ ਪੁੱਛੇ ਜਾਣਗੇ। ਸੋ ਤੁਸੀਂ ਹਿਸਟਰੀ ਦੇ ਅੰਦਰ ਪੰਜਾਬ ਅਤੇ ਇੰਡੀਆ ਦੀ ਹਿਸਟਰੀ ਤਿਆਰ ਕਰਨੀ ਹੈ, ਅਤੇ ਇਹਦੇ ਵਿੱਚ ਮੇਨ ਫੋਕਸ ਦੇਣਾ ਹੈ ਇੰਡੀਅਨ ਨੈਸ਼ਨਲ ਮੂਵਮੈਂਟ ਨੂੰ, ਮਾਡਰਨ ਇੰਡੀਆ ਹਿਸਟਰੀ ਨੂੰ। ਸੋ ਮੇਜਰ ਫੋਕਸ ਇਹਦੇ ਉੱਤੇ ਕਰਨਾ। ਨੈਕਸਟ ਆਉਂਦੇ ਬੁੱਕਸ ਐਂਡ ਔਥਰ। ਸੋ ਇਹ ਸਟੈਟਿਕ GK ਦੇ ਵਿੱਚ ਇੰਪੋਰਟੈਂਟ ਪਾਰਟ ਹੈ, ਬੁੱਕਸ ਐਂਡ ਔਥਰ ਦਾ, ਅਵਾਰਡਸ ਐਂਡ ਆਨਰ, ਬਾਕੀ ਸਪੋਰਟਸ ਰਿਲੇਟਡ ਜਿਵੇਂ ਹੁਣ ਰੀਸੈਂਟਲੀ T20 ਵਰਲਡ ਕੱਪ ਹੋਇਆ ਹੈ, ਜਾਂ ਉਸ ਤੋਂ ਪਹਿਲਾਂ ਓਲੰਪਿਕਸ ਬਾਰੇ ਦੇਖ ਲਓ, IPL ਬਾਰੇ ਦੇਖ ਲਓ, ਔਰੇਂਜ ਕੈਪ ਕਿਹਨੂੰ ਮਿਲੀ ਹੈ। ਸੋ ਇਸ ਤਰ੍ਹਾਂ ਜਿਹੜੇ ਮੇਨ ਮੇਨ ਕੁਐਸਚਨ ਬਣਦੇ ਨੇ ਉਹਨਾਂ ਉੱਤੇ ਫੋਕਸ ਕਰੋ। ਨੈਕਸਟ ਆਉਂਦਾ ਜੋਗਰਫੀ। ਸੋ ਜੋਗਰਫੀ ਵੀ ਤੁਸੀਂ ਬੇਸਿਕ ਤਿਆਰ ਕਰੋ ਇੰਡੀਆ ਦੀ। ਉਸ ਤੋਂ ਬਾਅਦ ਪੋਲਿਟੀ, ਪੋਲਿਟੀ ਅਗੇਨ। ਸੋ ਜਿਵੇਂ ਹਿਸਟਰੀ ਇੰਪੋਰਟੈਂਟ ਤੁਹਾਡਾ ਫੋਕਸ ਦਾ ਇੱਕ ਏਰੀਆ ਰਹੂਗਾ, ਕਰੰਟ ਅਫੇਅਰ ਰਹਿਣਗੇ, ਉਸੇ ਤਰ੍ਹਾਂ ਤੀਜਾ ਇੰਪੋਰਟੈਂਟ ਏਰੀਆ ਜਿੱਥੇ ਤੁਸੀਂ GK ਦੇ ਅੰਦਰ ਫੋਕਸ ਕਰਨਾ ਹੈ ਉਹ ਹੈ ਪੋਲਿਟੀ ਕੰਸਟੀਟਿਊਸ਼ਨ। ਸੋ ਅਗੇਨ ਪੋਲਿਟੀ ਦੇ ਵਿੱਚ ਇੱਕ ਤਾਂ ਬੇਸਿਕ ਫੀਚਰ ਸਭ ਤੋਂ ਇੰਪੋਰਟੈਂਟ ਨੇ, ਅਮੈਂਡਮੈਂਟ, ਸੋਰਸਿਸ ਕਿੱਥੋਂ ਲਿਆ ਗਿਆ, ਬਾਕੀ ਜਿਹੜੇ ਮੇਨ ਸਬਜੈਕਟ ਨੇ, ਏਰੀਆਜ਼ ਨੇ, ਉਹਨਾਂ ਦੇ ਵਿੱਚੋਂ ਤੁਸੀਂ ਫੋਕਸ ਕਰਨਾ ਹੈ ਫੰਡਾਮੈਂਟਲ ਰਾਈਟ, ਡਿਊਟੀਜ਼, DPSP, ਲੋਕਲ ਗਵਰਨਮੈਂਟ, ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ। ਸੋ ਇਸ ਤਰ੍ਹਾਂ ਦੇ ਜਿਹੜੇ 5-6 ਮੇਨ ਮੇਜਰ ਟੋਪਿਕ ਬਣਦੇ ਨੇ ਉਹਨਾਂ ਉੱਤੇ ਫੋਕਸ ਕਰੋ। ਨੈਕਸਟ ਆਉਂਦੀ ਹੈ ਸਾਇੰਸ। ਸੋ ਇਫ ਯੂ ਹੈਵ ਟਾਈਮ ਤਾਂ ਤੁਸੀਂ
छेवीं तो लैके दसवीं तक की जी एनसीआरटीज ने उन्होंने फॉलो कर सकते हो या कोई भी एक रेफरेंस बुक देख सकते हो जिवें ल्यूसेंट की अरिहंत की कोई भी सफिशेंट रहेगी। बाकी जो थोड़े को ज़्यादा टाइम नहीं है तो तुम साइंस के मेन फोकस करके जाओ एसिड बेस ए टॉपिक्स उत्ते नाल जो बायो के टॉपिक्स ने काफ़ी सारे तो वो थोड़े इनवायरमेंट के अंदर ही कवर हो जाएंगे जिवें पोल्यूशन हो गया फूड चेन रिलेटिड कोई नाइट्रोजन ऑक्सीजन साइकल्स ने ते एक इंपॉर्टेंट टॉपिक आता जिदे हर पेपर च एक या दो क्वेश्चन 100% ने वो है डिसीजिज़ का टॉपिक। सो डिसीजिज़ का टॉपिक मैं वैसे कवर किया होया आंगनवाड़ी सुपरवाइजर वाले लैक्चर्स के अंदर तुसी उतों भी देख सकते हो। सो डिसीजिज़ के टॉपिक नू तुसी बिल्कुल भी मिस नहीं करना। बाकी न्यूट्रिशन हो गया ह्यूमन बॉडी सो इस तरह के जिहड़े बेसिक जे कंसैप्ट ने ये तुसी देखो एनिमल सैल प्लांट सैल बारे देख लो मेन मेन कि पावर हाउस ऑफ द सैल किनू कहा जाता है सुसाइटल बैग। सो जिहड़े बेसिक जनरल क्वेश्चन आप भी सोच के चल सकते हैं भी ये क्वेश्चन आ सकते हैं पेपर के विच। सो ज़्यादा मेरा मतलब है डीप थोनू जान की जरूरत नहीं है जिहड़े भी क्वेश्चन प्रीवियस ईयर पेपर देखो टॉपिक्स रिपीट हो रहे हैं उन्होंने ही फॉलो करके चलो क्योंकि हुण टाइम है सिर्फ 15 डेज का। सो ये थोनू स्मार्ट वर्क करन की ज़्यादा लोड़ है। नैक्सट है इंटरनेशनल ते नैशनल ऑर्गेनाइजेशन। सो इनू तुसी करंट अफेयर बेस्ट ही करो। सो जो भी जिवें G20 समिट हो गया या सार्क जो भी रीसेंट करंट अफेयर दे विच तुसी कवर करोगे नाल दी नाल जो तुसी करंट अफेयर करदे हो तो उत्थे तुसी देख लो भी G20 इस बारे कित्थे कराया गया या केड़े केड़े कंट्रीज़ इहदे अंदर आउंदियां ने सार्क की है SCO शंघाई कारपोरेशन ਉਹਦੇ ਅੰਦਰ ਕਿਹੜੀਆਂ ਕੰਟਰੀਜ਼ ਨੇ ਕਿਹੜੀਆਂ ਨਵੀਆਂ ਐਡ ਹੋਈਆਂ। ਸੋ ਇਸ ਤਰ੍ਹਾਂ ਦੇ ਜਿਹੜੇ ਬੇਸਿਕ ਫੈਕਟ ਨੇ ਅਤੇ ਇੱਕ ਇੰਪੋਰਟੈਂਟ ਚੀਜ਼ ਯੂਨਾਈਟਿਡ ਨੇਸ਼ਨ ਪਲੱਸ ਉਹਦੇ ਔਰਗਨਸ ਜਿਹੜੇ ਇਹਨਾਂ ਦੇ ਹੈੱਡਕੁਆਟਰਸ ਨੇ ਇਹ ਹੈ ਕਿੱਥੇ ਇਹ ਕੁਐਸਚਨ ਤੁਸੀਂ ਬਿਲਕੁਲ ਮਿਸ ਨਹੀਂ ਕਰਨਾ। ਤੁਸੀਂ ਇਹ ਚੰਗੀ ਤਰ੍ਹਾਂ ਤਿਆਰ ਕਰਕੇ ਜਾਣਾ ਯੂਨਾਈਟਿਡ ਨੇਸ਼ਨ ਦਾ ਟੋਪਿਕ। ਨੈਕਸਟ ਹੁੰਦਾ ਇਕੋਨਮੀ। ਸੋ ਇਕੋਨਮੀ ਜ਼ਿਆਦਾ ਵੇਟੇਜ ਇਕੋਨਮੀ ਉੱਤੇ ਨਹੀਂ ਦਿੱਤੀ ਜਾਊਗੀ। ਸੋ ਤੁਸੀਂ 2 ਤੋਂ 3 ਕੁਐਸਚਨ ਐਕਸਪੈਕਟ ਕਰ ਸਕਦੇ ਹੋ ਇੰਡੀਅਨ ਇਕੋਨਮੀ ਦੇ ਵਿੱਚ। ਸੋ ਜੋ ਲੈਕਚਰ ਮੈਂ ਟੈਕਸੇਸ਼ਨ ਹੈਡ ਦੇ ਅੰਦਰ ਕਵਰ ਕੀਤੇ ਹੋਏ ਨੇ ਤੁਸੀਂ ਉਹਨਾਂ ਨੂੰ ਦੇਖ ਲਓ ਉਹ ਤੁਹਾਡੇ ਲਈ ਸਫੀਸ਼ੀਐਂਟ ਰਹਿਣਗੇ ਕਿਉਂਕਿ ਉਹਦੇ ਅੰਦਰ ਮਨੀ ਬੈਂਕਿੰਗ ਆਪਣਾ ਕਵਰਡ ਹੈ ਇਕਨੋਮਿਕ ਪਾਲਿਸੀਸ ਕਵਰਡ ਨੇ ਪਲੈਨਿੰਗ ਕਵਰਡ ਹੈ 5-year ਪਲੈਨਿੰਗ ਮੇਜਰ ਸਕੀਮਸ ਕਵਰਡ ਨੇ। ਸੋ ਜੋ ਵੀ ਐਕਸਾਈਜ਼ ਟੈਕਸੇਸ਼ਨ ਐਗਜ਼ਾਮ ਦੇ ਲਈ ਇੱਕ ਮੇਰੀ ਪਲੇਲਿਸਟ ਤਿਆਰ ਕੀਤੀ ਹੋਈ ਹੈ ਇਕੱਲੇ ਟੈਕਸੇਸ਼ਨ ਦੇ ਲਈ ਇੰਡੀਅਨ ਇਕੋਨਮੀ ਲਈ। ਸੋ ਤੁਸੀਂ ਉਹ ਦੇਖ ਲਓ ਲੇਟੈਸਟ ਬਜਟ ਇਕਨੋਮਿਕ ਸਰਵੇ ਕਵਰਡ ਹੈ ਇੰਡੀਆ ਦਾ ਪੰਜਾਬ ਦਾ। ਸੋ ਤੁਸੀਂ ਉਹ ਸਾਰੀ ਪਲੇਲਿਸਟ ਦੇਖ ਸਕਦੇ ਹੋ। ਨੈਕਸਟ ਆਨ ਦਾ ਇੰਪੋਰਟੈਂਟ ਡੇਜ਼। ਸੋ ਇਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਤੁਸੀਂ ਟਰਾਈ ਕਰੋ ਜੇ ਤੁਸੀਂ ਜੂਨ ਤੋਂ ਲੈ ਕੇ ਨਵੰਬਰ ਤੱਕ ਜੇ ਨਹੀਂ ਕਰ ਸਕਦੇ ਤਾਂ ਲਾਸਟ 3 ਮੰਥ ਸੈਪਟੈਂਬਰ ਟਿਲ ਨਵੰਬਰ ਦਾ ਤੁਸੀਂ 100% ਤਿਆਰ ਕਰਕੇ ਜਾਣੇ ਨੇ ਵਿਦ ਥੀਮ। ਸੋ ਜੋ ਵੀ ਇੰਪੋਰਟੈਂਟ ਡੇਜ਼ ਨੇ ਵਿਦ ਥੀਮ ਤਿਆਰ ਕਰੋ। ਨੈਕਸਟ ਆਨ ਦੈਟ ਟੈਕਨੋਲੋਜੀ। ਸੋ ਇਹਦੇ ਵਿੱਚ ਤੁਸੀਂ ਸਿਰਫ ਕਰੰਟ ਬੇਸਡ ਉੱਤੇ ਫੋਕਸ ਕਰਨਾ ਹੈ ਜਿਵੇਂ ਅਗਨੀ ਮਿਸਾਈਲ ਹੋ ਗਈ ਜਾਂ ਜੋ ਵੀ ਗਗਨਯਾਨ ਮਿਸ਼ਨ ਜੋ ਵੀ ਕਰੰਟ ਵਿੱਚ ਚੱਲ ਰਹੇ ਨੇ ਇੰਡੀਆ ਲੈਵਲ ਤੋਂ ਕਰੰਟ ਵਾਲੇ ਤਿਆਰ ਕਰੋ ਜਾਂ ਜਿਵੇਂ ਆਪਾਂ ਨੂੰ ਪਤਾ ਮੈਰੀਟਾਈਮ ਮਿਲਟਰੀ ਐਕਸਰਸਾਈਜ਼ ਹੁੰਦੀਆਂ ਨੇ ਉਹ ਕਿੱਥੇ ਕਿੱਥੇ ਕਰਾਈਆਂ ਜਾਂਦੀਆਂ ਨੇ। ਸੋ ਜੇ ਤੁਸੀਂ ਮੇਰੇ ਕਰੰਟ ਅਫੇਅਰ ਦੇ ਲੈਕਚਰ ਚੰਗੀ ਤਰ੍ਹਾਂ ਫੋਲੋ ਕਰਦੇ ਹੋ ਤਾਂ ਮੈਂ 1 ਮੰਥ ਦੇ ਵਿੱਚ ਤੁਹਾਨੂੰ ਪ੍ਰੋਪਰ ਲਿਸਟ ਦਿੱਤੀ ਹੋਈ ਹੈ ਕਰੰਟ ਅਫੇਅਰਸ ਦੇ ਵਿੱਚ ਹੀ। ਸੋ ਤੁਸੀਂ ਉਹ ਲਿਸਟ ਨੂੰ ਤਿਆਰ ਕਰੋ ਵੀ ਕਿਹੜੀ ਕੰਟਰੀ ਦੇ ਵਿੱਚ ਕਿਹੜਾ ਐਕਸਰਸਾਈਜ਼ ਹੁੰਦਾ ਇੰਡੀਆ ਦੇ ਨਾਲ। ਨੈਕਸਟ ਹੈ ਸਪੋਰਟਸ। ਸੋ ਇਹ ਮੈਂ ਤੁਹਾਨੂੰ ਆਲਰੇਡੀ ਦੱਸਿਆ ਵੀ IPL 2021 T20 ਓਲੰਪਿਕ ਵਰਲਡ ਚੈਂਪੀਅਨਸ਼ਿਪ। ਸੋ ਇਸ ਤਰ੍ਹਾਂ ਦੇ ਜਿਹੜੇ ਰੀਸੈਂਟ ਰਹੇ ਨੇ ਉਹ ਦੇਖੋ ਬਾਕੀ ਜਨਰਲ ਫੈਕਟ ਜੋ ਵੀ ਸਟੈਟਿਕ GK ਦੇ ਅੰਦਰ ਆਪਾਂ ਦੇਖਦੇ ਹਾਂ ਉਹ ਤੁਸੀਂ ਤਿਆਰ ਕਰੋ। ਸੋ ਜਿਹੜਾ ਸਪੋਰਟਸ ਵਾਲਾ ਪੋਰਸ਼ਨ ਹੈ ਇਹ ਪੋਰਸ਼ਨ ਦੇ ਕੁਝ ਇੰਪੋਰਟੈਂਟ MCQs ਦਾ ਮੈਂ ਇੱਕ ਖੁਦ ਮੇਗਾ ਸੈਸ਼ਨ ਲੈ ਕੇ ਆਉਂਗੀ। ਸੋ ਉਹ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਵੀ ਤੁਹਾਡੇ ਆਲਮੋਸਟ ਸਾਰੇ ਜੋ ਵੀ ਇੰਪੋਰਟੈਂਟ ਬਿਨਾਂ ਕਰੰਟ ਤੋਂ ਵੈਸੇ ਫੈਕਟ ਬਣਦੇ ਨੇ ਸਟੈਟਿਕ GK ਦੇ ਅੰਦਰ। ਸੋ ਉਹ ਵੀ ਕਵਰ ਹੋ ਜਾਣਗੇ। ਸੋ ਜਿਹੜਾ ਇਹ ਪੋਰਸ਼ਨ ਹੈ ਇਹ ਮੇਜਰਲੀ ਮੈਂ ਕਵਰ ਕਰਵਾ ਦੂੰਗੀ। ਨੈਕਸਟ ਆਨ ਦਾ ਕੰਟਰੀਜ਼ ਐਂਡ ਕੈਪੀਟਲ। ਸੋ ਇਹਦੇ ਵਿੱਚੋਂ ਵੀ ਕਾਫੀ ਵਾਰੀ P SSS ਵੀ ਕੁਐਸਚਨ ਪੁੱਛ ਲੈਂਦੀ ਹੈ। ਸੋ ਕੰਟਰੀਜ਼ ਐਂਡ ਕੈਪੀਟਲ ਟਰਾਈ ਕਰੋ ਵੀ ਪ੍ਰੀਵੀਅਸ ਈਅਰ ਐਗਜ਼ਾਮਸ ਦੇਖੋ ਵੀ ਉਹਨਾਂ ਵਿੱਚ ਕਿਹੜੀਆਂ ਕੰਟਰੀਜ਼ ਆਈਆਂ ਹੋਈਆਂ ਨੇ ਜਾਂ ਟਰਾਈ ਕਰੋ ਵੀ ਜੋ ਵੀ ਤੁਸੀਂ ਕਰੰਟ ਅਫੇਅਰ ਤਿਆਰ ਕਰਦੇ ਹੋ ਕਰੰਟ ਦੇ ਵਿੱਚ ਜਿਹੜੀਆਂ ਕੰਟਰੀਜ਼ ਦੀ ਗੱਲ ਹੁੰਦੀ ਹੈ ਜਾਂ ਕਿਤੇ ਨਵੀਂ ਕੋਈ ਅਪੁਆਇੰਟਮੈਂਟ ਹੋਈ ਹੈ ਪ੍ਰੈਜ਼ੀਡੈਂਟ ਦੀ ਪ੍ਰਾਈਮ ਮਿਨਿਸਟਰ ਦੀ ਮੋਸਟਲੀ ਕੀ ਹੁੰਦਾ ਉਹੀ ਕੰਟਰੀਜ਼ ਦੀ ਕੈਪੀਟਲ ਜਾਂ ਕਰੰਸੀ ਪੁੱਛੀ ਜਾਂਦੀ ਹੈ ਜਿਹੜੀਆਂ ਕਰੰਟ ਵਿੱਚ ਰਹੀਆਂ ਹੁੰਦੀਆਂ ਨੇ। ਸੋ ਤੁਸੀਂ ਉਹਨਾਂ ਦੇ ਅਲੱਗ ਤੋਂ ਨੋਟਸ ਤਿਆਰ ਕਰ ਲਓ।
सो इसे अपना मेजर जा पोर्शन जनरल नॉलेज दा, पर जनरल नॉलेज दे अंदर एक इंपॉर्टेंट चीज जेडी आपा बिल्कुल भी मिस नहीं करके जानी, इसलिए मैं उन्हों अलग तो रे मेंशन कीता है, वो है पंजाब दी जीके। सो जीके दे अंदर तुसी एक्सपेक्ट करो वी थोनू जे आपा करंट अफेयर हिस्ट्री पॉलिटी ते नाल जिहड़ा चौथा इंपॉर्टेंट सब्जेक्ट रहूगा वो रहूगा पंजाब जीके। सो पंजाब जीके उत्ते तुसी अलग तो फोकस दे के चलना है, ते इहदे अंदर जिहड़े टॉपिक तुसी स्पेशली कवर करके जाने ने वो है लिटरेचर ऑफ पंजाब, कल्चर एंड हैरीटेज, हिस्ट्री पंजाब प्रोविंस, पंजाब सिंस इंडिपेंडेंस। ये जिहड़े भी टॉपिक ने मैं बहुत डिटेल दे विच इस प्लेटफॉर्म दे उत्ते ऑलरेडी करवाए हुए ने, अलग तो एक प्लेलिस्ट बनी हुई है पंजाब जीके दी, सो तुसी वो देख सकते हो, थोड़े सारे टॉपिक्स उत्थों कवर हो जाएंगे। दैन फूड, ड्रेसिस, डांस, फोकलोर, ये सब कुछ भी कवर्ड है, पोलिटिकल पार्टीज, पॉपुलर स्कीम्स, सो स्कीम्स की अलग तो एक वीडियो पाई हुई है, पंजाब वेलफेयर एंड डेवलपमेंट स्कीम, रिलीजियस नॉन रिलीजियस ट्रेडिशंस, पंजाबी लैंग्वेज, दैन फेस्टिवल, म्यूजिक, क्राफ्ट। सो ये सारे टॉपिक तुसी पंजाब जीके दे ट्राई करने हैं कि तुसी कवर करके जाओ। सो नेक्स्ट टॉपिक है कंप्यूटर नॉलेज का, ये आप मान के चल रहे हैं भी 10 नंबरों की आऊगी। सो कंप्यूटर नॉलेज के जेडे भी टॉपिक ने इन्हों तैयार करो, ज़्यादा डिटेल जान की लड़ नहीं है, कंप्यूटर फंडामेंटल, हार्डवेयर सॉफ्टवेयर हो गया, ऑपरेटिंग सिस्टम के बेसिक्स, यद मॉडल देख लो, दैन MS Word, Excel, PowerPoint, इन्हों फंक्शन की होंगे ने, इंपॉर्टेंट कीज, शॉर्टकट कीज, जोड़ा सब तो इंपॉर्टेंट क्वेश्चन है, दैन इंटरनेट, ईमेल, कंप्यूटर नैटवर्क, ये सिर्फ बेसिक कंसैप्ट, ब्लूटूथ एंड वाईफाई। सो जो मैं PSSSB क्लर्क एग्जाम की टेस्ट सीरीज तैयार कर रही थी तो मैं एनालाइज किया, जो मैं प्रीवियस ईयर क्वेश्चन देख रही थी कि काफ़ी सारे क्वेश्चन ऑलमोस्ट 70-80% वो क्वेश्चन ने जेडे मैं इस प्लेटफॉर्म के उत्ते ऑलरेडी करवा चुकी हाँ MCQs की फॉर्म। सो तुसी जिन्नियां भी MCQs दियां वीडियोज़ पईयां ने, चाहे कोई घट MCQs वाली है, कोई मेगा सैशनस ने, ट्राई करो कि एक बार सारिया नू जरूर देखो, क्योंकि एग्जाम्स दे विच इन्हां विचों ही क्वेश्चन रिपीट हो रहे हैं। जिवें एक्साइज इंस्पैक्टर का एग्जाम होया सी तां उहदे विच 80-85% जिहड़े क्वेश्चन ने, चाहे पंजाब जीके दे ने, कंप्यूटर दे ने, इकोनॉमिक्स दे ने, वह सारे मेरे करवाए हुए आए हैं। सो इसलिए तुसी कोई भी वीडियो नू इग्नोर ना करो, मिस ना करो, सो एक बारी जरूर देखो, क्योंकि एग्जाम दे विच थोनू ही इहदा बेनीफिट होने वाला है। सो नैक्सट है जनरल इंग्लिश, जी इंग्लिश पंजाबी है लैंग्वेज है, इहदा पैटर्न बिल्कुल सेम रहेगा जिहड़ा अज तक आंदा रहा है सारे एग्जाम्स दे विच। तो तुसी चाहे पटवारी का पेपर फॉलो कर लो, या पहला जेल सुपरिटेंडेंट का एग्जाम होया सी वह फॉलो कर लो। सो जो भी एग्जाम PSSSB वाला करवाए जाते हैं उन्हां नूं तुसी देखो इंग्लिश पंजाबी किवें दी आई है, तुसी एनालाइज करो, ते उस तो बाद अपनी ये लैंग्वेज पोर्शनस की तैयारी करो। नैक्सट है रीजनिंग एंड मैंटल एबिलिटी, सो यदा भी लैवल है जोड़ा ईजी रहूगा। सो तुसी जो भी तैयारी करनी है इस एग्जाम की तो बिल्कुल भी ज़्यादा डीप नहीं जाना, तुसी डीप कितने जाना है जनरल नॉलेज के, क्योंकि जनरल नॉलेज सब तो ज़्यादा वेटेज वाला पोर्शन है, तो सिलेबस भी काफ़ी ज़्यादा है। तो जो आप रीजनिंग ते मैंटल एबिलिटी तैयार करनी है, जो टॉपिक्स ने वो ऑलमोस्ट सेम ने जो हर एग्जाम आते हैं, पर जी उरे वेटेज की गल है तो तुसी मन के चलना है वी रीजनिंग थोनू ज़्यादा नंबर दो। सो आउट ऑफ 15 तुसी इस तरीके तैयारी करो वी रीजनिंग 10 नंबर दो, मैंटल एबिलिटी 5 की। सो थोड़ा बहुत उपर नीचे हो सकता है, बट तुसी मेन फोकस कि देना है रीजनिंग उत्ते, ज़्यादा डिटेल्ड मैथ विच नहीं जाना, मेन चीज़ तुसी ये ध्यान रखनी है। सो बेसिक मेन रीजनिंग ते मैंटल एबिलिटी करो। सो पंजाबी विच बेसिकली तुसी जेड़े पुराने पेपर ने पंजाब दे, बस उन्हां नू फॉलो करो, उन्हां दी प्रैक्टिस करो, प्रीवियस ईयर्स दे विच केड़े क्वेश्चन आए ने, कोई भी एक नौवीं या दसवीं दी पंजाबी ग्रामर दी बुक चक लो, एक बारी रूल्स पढ़ लो। जो तुसी एक बारी रूल पढ़ ले भी किन्नी तरह दे विशेषण हुंदी है, क्रिया विशेषण किन्नी तरह दी है, संबंधक योजन दीआं किन्नीआं किस्मां ने, सो ये जिहड़ियां चीज़ां ने यही एग्जाम दे विच तुहानू बाकी स्टूडेंट्स नालों एक एज दवाउणगीआं, क्योंकि आप उपर उपर तैयारी कर लें, आप डिटेल छड़ दें, टाइप्स छड़ दें, तो अजकल एग्जाम का की पैटर्न है, पंजाबी विच मेनली ग्रामर विच
ਕਿਸਮਾਂ ਪੁੱਛੀਆਂ ਜਾਂਦੀਆਂ ਨੇ ਕਿ ਅੱਗੇ ਫਰਦਰ ਕਿੰਨੀ ਕੈਟਾਗਰੀਜ਼ ਨੇ, ਸੋ ਇਹ ਚੀਜ਼ ਤੁਸੀਂ ਜ਼ਰੂਰ ਤਿਆਰ ਕਰਕੇ ਜਾਣੀ ਹੈ। ਬਾਕੀ ਸੇਮ ਮੁਹਾਵਰੇ ਅਖਾਣ ਆਉਣਗੇ, ਬੇਸਿਕ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ, ਭਾਸ਼ਾ ਬੋਲੀ ਕੀ ਹੁੰਦੀ ਹੈ, ਲਿਪੀ ਵਰਣਮਾਲਾ ਵਿਸ਼ਰਾਮ ਚਿੰਨ, ਸੋ ਇਹ ਜੋ ਵੀ ਚੀਜ਼ਾਂ ਨੇ ਤੁਹਾਨੂੰ ਕਿਸੇ ਵੀ ਫੋਰਮ ਦੇ ਵਿੱਚ ਉੱਥੇ ਆ ਸਕਦੀਆਂ ਨੇ। ਅਗੇਤਰ ਪਿਛੇਤਰ ਹੋ ਗਏ, ਵਿਰੋਧੀ ਸਮਾਨਾਰਥਕ, ਸੋ ਇਹ ਚੀਜ਼ਾਂ ਆ ਸਕਦੀਆਂ। ਤੇ ਜਿਹੜੇ ਗ੍ਰਾਮਰ ਦੇ ਆਪਾਂ ਨੇ ਦੇਖੇ ਨੇ ਵੀ ਕਿਹੜੇ ਕਿਹੜੇ ਟੋਪਿਕ ਨੇ, ਉਹਨਾਂ ਦੀ ਫੋਰਮ ਚਾਹੇ ਇੰਗਲਿਸ਼ ਦੀ ਹੈ ਚਾਹੇ ਪੰਜਾਬੀ ਦੀ ਹੈ, ਸੇਮ ਇਹੀ ਚੀਜ਼ਾਂ ਤੁਹਾਨੂੰ ਆਉਣਗੀਆਂ। ਤੁਹਾਨੂੰ ਉੱਥੇ ਸਪੈਲਿੰਗ ਕਰੈਕਸ਼ਨ ਆ ਸਕਦੇ ਹੈ, ਸਿਨੋਨਿਮ ਆ ਸਕਦੇ ਹੈ, ਐਂਟੋਨਿਮ, ਰਿਪਲੇਸਮੈਂਟ ਆਫ ਫਰੇਜ਼ਲ ਵਰਬ, ਐਰਰ ਕਰੈਕਸ਼ਨ, ਫਿਲ ਇਨ ਦਾ ਬਲੈਂਕ ਸੈਂਟੈਂਸ ਕਰੈਕਸ਼ਨ। ਤੇ ਹੁਣ ਇੰਪੋਰਟੈਂਟ ਚੀਜ਼, ਜਿਹੜੇ ਤੁਸੀਂ ਐਗਜ਼ਾਮ ਰੈਫਰੈਂਸ ਦੇ ਲਈ ਦੇਖਣੇ ਨੇ, ਜਿਹੜੇ ਪ੍ਰੀਵੀਅਸ ਈਅਰ ਐਗਜ਼ਾਮ ਕੁਐਸਚਨ ਪੇਪਰ ਚੱਕ ਕੇ ਦੇਖਣੇ ਨੇ, ਉਹ ਤੁਸੀਂ ਜੇਲ੍ਹ ਸੁਪਰਿਟੈਂਡੈਂਟ ਦਾ ਦੇਖ ਸਕਦੇ ਹੋ, ਪੰਜਾਬ ਪਟਵਾਰੀ, ਪ੍ਰੀਵੀਅਸ ਈਅਰ ਡੀ ਓ ਐਗਜ਼ਾਮ ਦੇਖ ਸਕਦੇ ਹੋ, ਪੀ ਐੱਸ ਟੀ ਸੀ ਐਲ ਕਲਰਕ, ਪੀ ਐੱਸ ਪੀ ਸੀ ਐਲ ਕਲਰਕ ਐਗਜ਼ਾਮ। ਸੋ ਜਿਹੜੇ ਇਹ ਸਾਰੇ ਐਗਜ਼ਾਮਸ ਨੇ ਆਲਮੋਸਟ ਇਹਨਾਂ ਦਾ ਲੈਵਲ ਉਹੀ ਰਿਹਾ। ਸੋ ਜਿਵੇਂ ਪਟਵਾਰੀ ਦਾ ਪਹਿਲਾ ਪੇਪਰ ਸੀ ਪ੍ਰੀ ਵਾਲਾ ਹੋ ਗਿਆ, ਜੇਲ੍ਹ ਸੁਪਰਿਟੈਂਡੈਂਟ ਦਾ, ਸੋ ਤੁਸੀਂ ਮੰਨ ਕੇ ਚੱਲੋ ਵੀ ਜਿਹੜਾ ਤੁਹਾਨੂੰ ਇੱਕ ਕਲਰਕ ਦਾ ਪੇਪਰ ਆਊਗਾ ਪੀ ਟ੍ਰਿਪਲ ਐੱਸ ਪੀ ਦਾ, ਇਹ ਆਲਮੋਸਟ ਇਹਨਾਂ ਐਗਜ਼ਾਮਸ ਦੇ ਪੈਟਰਨ ਦੇ ਉੱਤੇ ਹੀ ਰਹੂਗਾ। ਸੋ ਲੈਵਲ ਵਿਲ ਬੀ ਲਾਈਕ ਦੀਜ਼ ਓਨਲੀ। ਸੋ ਤੁਸੀਂ ਇਹਨਾਂ ਕੁਐਸਚਨ ਪੇਪਰਸ ਨੂੰ ਰੈਫਰ ਕਰੋ ਤੇ ਆਪਣੀ ਤਿਆਰੀ ਨੂੰ ਹੋਰ ਸਟਰੋਂਗ ਕਰੋ। ਸੋ ਹੁਣ ਆਪਾਂ ਕੁਝ ਕੁਐਸਚਨ ਦੇਖਾਂਗੇ ਜਿਹਦੇ ਨਾਲ ਤੁਹਾਨੂੰ ਆਈਡੀਆ ਹੋ ਜੂ ਵੀ ਜਿਹੜੀ ਅਸੀਂ ਤਿਆਰੀ ਕਰਨੀ ਹੈ ਇਹ ਕਿਸ ਲੈਵਲ ਦੀ ਤਿਆਰੀ ਕਰਨੀ ਹੈ, ਕਿਹੜਾ ਪੈਟਰਨ ਫੋਲੋ ਕੀਤਾ ਜਾਊ। ਸੋ ਇੱਕ ਹੋਰ ਇੰਪੋਰਟੈਂਟ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਣੀ ਭੁੱਲ ਗਈ ਉਹ ਇਹ ਹੈ ਵੀ ਜਿਹੜੇ ਸਟੇਟਮੈਂਟ ਬੇਸਡ ਕੁਐਸਚਨ ਨੇ ਉਹ ਆਉਣ ਦੇ ਬਹੁਤ ਘੱਟ ਚਾਂਸ ਨੇ। ਸੋ ਤੁਸੀਂ ਸਿੱਧੇ ਸਿੱਧੇ ਚਾਰ ਆਪਸ਼ਨ ਵਾਲੇ ਐਮ ਸੀ ਕਿਊ ਉਸੇ ਤਰ੍ਹਾਂ ਦਾ ਜਿਹੜਾ ਪੈਟਰਨ ਹੈ ਉਹਨੂੰ ਦਿਮਾਗ 'ਚ ਰੱਖ ਕੇ ਇਸ ਐਗਜ਼ਾਮ ਦੀ ਤਿਆਰੀ ਕਰੋ। ਪਹਿਲਾ ਕੁਐਸਚਨ ਹੈ ਵੀ ਪੰਜਾਬੀ 'ਚ ਸ਼ੁੱਧ ਸਵਰ ਕਿੰਨੇ ਹੁੰਦੇ ਨੇ। ਸੋ ਸ਼ੁੱਧ ਸਵਰ ਹੁੰਦੇ ਨੇ 10, ਆਪਸ਼ਨ ਸੀ। ਦੂਜਾ ਕੁਐਸਚਨ ਹੈ ਹੋਠੀ ਵਿਅੰਜਨ ਕਿਹੜੇ ਨੇ। ਸੋ ਪੰਜਾਬੀ 'ਚ ਹੋਠੀ ਵਿਅੰਜਨ ਨੇ ਆਪਸ਼ਨ ਬੀ, ਪੱਪਾ ਫੱਫਾ ਬੱਬਾ ਭੱਬਾ ਮੰਮਾ। ਥਰਡ ਕੁਐਸਚਨ ਹੈ ਉਹ ਸਾਡਾ ਘਰ ਹੈ, ਇਸ ਵਾਕ ਵਿੱਚ ਉਹ ਦਾ ਕਾਰਜ ਹੈ। ਸੋ ਉਹ ਉਰੇ ਹੈ ਨਿਸ਼ਚੇ ਵਾਚਕ ਪੜਨਾਮ, ਸੋ ਆਪਸ਼ਨ ਡੀ। ਸੋ ਤੁਸੀਂ ਦੇਖ ਸਕਦੇ ਹੋ ਵੀ ਤੁਹਾਨੂੰ ਗ੍ਰਾਮਰ ਦੀ ਬਹੁਤ ਡੀਪ ਨੌਲੇਜ ਹੋਣੀ ਚਾਹੀਦੀ ਹੈ। ਸੋ ਜਿਹੜਾ ਇਹ ਪੇਪਰ ਹੈ ਇਹਦੇ ਵਿੱਚ ਪੰਜਾਬੀ ਗ੍ਰਾਮਰ ਤੁਸੀਂ ਬਹੁਤ ਚੰਗੀ ਤਰ੍ਹਾਂ ਤਿਆਰ ਕਰਕੇ ਜਾਣੀ ਹੈ, ਕਿਉਂਕਿ ਜਿਹੜੇ 15 ਨੰਬਰ ਪੰਜਾਬੀ ਗ੍ਰਾਮਰ ਦੇ ਨੇ ਇਹੀ ਤੁਹਾਨੂੰ ਬਾਕੀ ਸਟੂਡੈਂਟਸ ਤੋਂ ਅੱਗੇ ਰੱਖਣਗੇ। ਨੈਕਸਟ ਕੁਐਸਚਨ ਹੈ ਹਿਸਟਰੀ ਦਾ। ਬ੍ਰਿਟਿਸ਼ ਗਵਰਨਮੈਂਟ ਅਪੁਆਇੰਟਿਡ ਐਨ ਇੰਡੀਅਨ ਸਟੈਚੂਟਰੀ ਕਮਿਸ਼ਨ ਟੂ ਰਿਵਿਊ ਦਾ ਗਵਰਨਮੈਂਟ ਆਫ ਇੰਡੀਆ ਐਕਟ 1919। ਦਿਸ ਕਮਿਸ਼ਨ ਇਜ਼ ਆਲਸੋ ਨੋਨ ਐਜ਼। ਸੋ ਇਹ ਐਵੇਂ ਦਾ ਥੋੜ੍ਹਾ ਤੁਹਾਨੂੰ ਇਨਡਾਇਰੈਕਟ ਕੁਐਸਚਨ ਆ ਸਕਦਾ, ਪਰ ਇਹ ਕੁਐਸਚਨ ਸੌਖਾ ਵੀ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਨਹੀਂ ਕਿ ਤੁਹਾਨੂੰ ਬਹੁਤ ਈਜ਼ੀ ਪੇਪਰ ਆਊਗਾ, ਪੇਪਰ ਈਜ਼ੀ ਹੋਊ ਥੋੜ੍ਹਾ ਪੜ੍ਹਿਆ ਹੋਇਆ ਹੋਊਗਾ, ਬਸ ਤੁਸੀਂ ਕੁਐਸਚਨ ਨੂੰ ਧਿਆਨ ਦੇ ਨਾਲ ਸਮਝਣਾ। ਸੋ ਇਹ 1919 ਵਾਲੇ ਐਕਟ ਨੂੰ ਰਿਵਿਊ ਕਰਨ ਦੇ ਲਈ ਜਿਹੜਾ ਬ੍ਰਿਟਿਸ਼ ਸਰਕਾਰ ਦੇ ਦੁਆਰਾ ਇੱਕ ਕਮਿਸ਼ਨ ਤਿਆਰ ਕੀਤਾ ਗਿਆ ਸੀ ਉਹਦਾ ਨਾਮ ਸੀ ਸਾਈਮਨ ਕਮਿਸ਼ਨ, ਆਪਸ਼ਨ ਏ। ਨੈਕਸਟ ਹੈ ਪੰਜਾਬ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਨੇ, ਡਿਸਟ੍ਰਿਕਟਸ ਕਿੰਨੀਆਂ ਨੇ। ਸੋ ਇੱਕ ਨਿਊਲੀ ਅਪੁਆਇੰਟ ਹੋਈ ਹੈ ਮਲੇਰਕੋਟਲਾ, 23rd ਡਿਸਟ੍ਰਿਕਟ। ਸੋ ਇਸ ਟਾਈਮ ਪੰਜਾਬ ਦੇ ਵਿੱਚ ਕੁੱਲ ਡਿਸਟ੍ਰਿਕਟਸ ਨੇ ਆਪਸ਼ਨ ਏ 23। Which player is allowed to touch the ball with his feet during a hockey match? So, apne pair naal ball nu hockey match de dauran keda player chhu sakda hai? So, oh hai goalkeeper, option A. So, jadon vi apan sports nu tiyar karna hai ta static GK de andar is tarah de question tiyar karne ne. Next is when was the Punjab annexation with the British rule? British rule de naal Punjab kadon annex hoya si, matlab Britishers ne ਪੰਜਾਬ ਨੂੰ ਆਪਣੇ ਕੰਟਰੋਲ ਦੇ ਅੰਦਰ ਕਦੋਂ ਲਿਆ? ਸੋ ਉਹ ਲਿਆ ਸੀ 1849 ਦੇ ਅੰਦਰ, ਆਪਸ਼ਨ ਬੀ। ਵੀ ਰੈਮ ਇਜ਼ ਯੂਜ਼ਡ ਫੋਰ ਐਕਸੈਸ ਆਫ ਦ ਫੋਲੋਇੰਗ। ਸੋ ਵੀ ਰੈਮ ਕਿਸ ਚੀਜ਼ ਦੇ ਐਕਸੈਸ ਲਈ ਵਰਤੀ ਜਾਂਦੀ ਹੈ? ਆਪਸ਼ਨ ਏ ਵੀਡੀਓ ਐਂਡ ਗ੍ਰਾਫਿਕਸ। ਜਿਹੜੇ ਸਭ ਤੋਂ ਪਹਿਲੇ ਕੰਪਿਊਟਰ ਸੀ ਉਹਨਾਂ ਵਿੱਚ ਕਿਹੜੀ ਪ੍ਰੋਗਰਾਮਿੰਗ ਵਰਤੀ ਜਾਂਦੀ ਸੀ? ਸੋ ਉੱਥੇ ਵਰਤੀ ਜਾਂਦੀ ਸੀ ਮਸ਼ੀਨ ਲੈਂਗੁਏਜ, ਆਪਸ਼ਨ ਸੀ। ਸੋ ਹੁਣ ਆਪਾਂ ਲਾਸਟ ਵਿੱਚ ਇੱਕ ਰੀਜ਼ਨਿੰਗ ਦਾ ਕੁਐਸਚਨ ਦੇਖਦੇ ਹਾਂ। ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਚੀਜ਼ ਹੈ ਜਿਹੜੀ ਇਸ ਗਰੁੱਪ ਨੂੰ ਬਿਲੋਂਗ ਨਹੀਂ ਕਰਦੀ। ਚਾਰ ਆਪਸ਼ਨਸ ਦੇ ਵਿੱਚੋਂ ਤਿੰਨ ਇੱਕ ਤਰ੍ਹਾਂ ਦੇ ਨੇ। ਸੋ ਆਪਾਂ ਨੇ ਦੱਸਣਾ ਵੀ ਕਿਹੜਾ ਜਿਹੜਾ ਇਸ ਗਰੁੱਪ ਨੂੰ ਬਿਲੋਂਗ ਨਹੀਂ ਕਰਦਾ। ਸੋ ਉਹ ਹੈ ਆਪਸ਼ਨ ਬੀ, ਚਿੰਨ। ਜਿਹੜੇ ਬਾਕੀ ਤਿੰਨੋਂ ਨੇ ਇਹਨਾਂ ਤਿੰਨਾਂ ਦੇ ਅੰਦਰ ਦੋ ਦੋ ਵੋਵਲ ਸਾਊਂਡਸ ਦੇ ਵਰਡ ਨੇ।
सो जी मुरे ओ है उरे ओ ते ई है उरे ई ते ए है सो चिन दे अंदर सिर्फ आई है वॉल साउंड सो ए इस ग्रुप नू बिलोंग नहीं करता सो तुहानू इस तरह के जिहड़े क्वेश्चन ने एग्जाम दे विच आउणगे सो तुसीं इस पैटर्न नू दिमाग दे विच रख के तैयारी करनी है बाकी जे एग्जाम दा सिलेबस कोई होर अपडेट हुंदा है चेंजेस हुंदी है तां ओह तुहानूं नाल दे नाल मैं दस दूंगी सो दिस वॉज ऑल अबाउट आर स्ट्रैटेजी एंड सिलेबस ऑल्सो आई हैव कंपाइल्ड अ स्पैशल मॉक टैसट फॉर पी ट्रिपल एस पी क्लर्क एग्जाम ते जिहड़ा टैसट है इहदे अंदर कुल 6 टैसट होणगे जिहदे विच 100 क्वेश्चन होणगे हर पेपर दे विच 45 क्वेश्चन जीके दे 10 आई टी कंप्यूटर दे 15 मेंटल एबिलिटी एंड रीजनिंग दे बाकी 15-15 पंजाबी ते इंग्लिश दे सो कुल 100 क्वेश्चन ने टोटल 6 मॉक टेस्ट ने ते इन्हां दा प्राइस है ओनली ₹350 सो इफ यू आर इंटरेस्टेड इन बाइंग दिस टेस्ट यू कैन सेंड ईमेल ऑन legalvictor02896@gmail.com या तुसी इंस्टाग्राम पेज विक्टर्स नॉलेज नु फॉलो करके उत्थे डायरेक्ट मैसेज भेज सकते हो सो दिस वाज ऑल अबाउट आवर टुडेज वीडियो I hope you understood all the strategy and syllabus concepts well. Please do subscribe to my channel. Thank you and good luck.